ਵਾਹਣ ਬੋਲਿਆ ਪੰਥ ਦੇ ਮਹਾਨ ਵਿਦਵਾਨ ਅਕਾਲੀ ਕੌਰ ਸਿੰਘ ਜੀ ਨਿਹੰਗ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਸਕਰਾ ਲਿਖਿਆ ਉਹਨਾਂ ਨੇ ਸਵਾਲ ਕੀਤਾ ਉਹ ਕਹਿੰਦੇ ਕਿਹੜਾ ਵਾਹਣ ਸੀ ਜਿਹਦਾ ਪਟਨੇ ਦੇ ਜਨਮ ਹੋਇਆ ਸੀ ਆਖੋ ਸੰਤਾ ਨਹੀਂ ਪ੍ਰਕਾਸ਼ ਹਵਾਰਾ ਭਇਓ ਪਟਨਾ ਸ਼ਹਿਰ ਵਿਖੇ ਭਰ ਲਇਓ ਉਹ ਕਿਹੜਾ ਵਾਹਣ ਸੀ ਜਿਸ ਨੇ ਧਰਮ ਯੁੱਧ ਦੇ ਲਈ ਖੰਡਾ ਚੁੱਕਿਆ ਸੀ ਉਹ ਕਿਹੜਾ ਬਾਹਮਣ ਸੀ ਜਿਸਨੇ ਆਪਣੇ ਪਿਤਾ ਨੂੰ ਦੇਸ਼ ਤੋਂ ਵਾਰਿਆ ਸੀ ਉਹ ਬਾਹਮਣ ਕਦੀ ਹੋ ਹੀ ਨਹੀਂ ਸਕਦਾ ਉਹ ਤਾਂ ਛੱਤਰੀ ਲੋਕ ਉਤਮ ਬਾਹਮਣ ਤੋਂ ਦਾ ਕਹਿਣ ਵਾਲਾ ਸਾਹਿਬ ਕਮਾਲ ਪੰਥ ਦਾ ਵਾਜੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਅੱਖਰ ਅੱਖਰ ਦਸਮ ਗ੍ਰੰਥ ਸਾਹਿਬ ਦਾ ਬੋਲ ਰਿਹਾ ਹੈ ਫਿਰ ਪਰੰਪਰਾ ਦਾ ਇਤਿਹਾਸ ਦੱਸਦਾ ਹੈ ਸਰਦਾਰ ਸੁਰਜੀਤ ਸਿੰਘ ਮਿਸ਼ਰੀ ਦਾ ਜ਼ਿਕਰ ਆਇਆ ਮੈਂ ਪਿੱਛੇ ਜਬਲਪੁਰ ਕਥਾ ਕਰਨ ਗਿਆ ਬੜਾ ਵੱਡਾ ਦੀਵਾਨ ਲੱਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗਿਆਨੀ ਸ਼ੇਰ ਸਿੰਘ ਆ ਰਿਹਾ ਤਾਂ ਉਹਨਾਂ ਨੇ ਜਾਣ ਕੇ ਸੁਰਜੀਤ ਸਿੰਘ ਮਿਸ਼ਰੀ ਦਾ ਲਿਖਿਆ ਹੋਇਆ ਪੈਫਲੈਟ ਸੰਗਤਾਂ 'ਚ ਵੰਡ ਦਿੱਤਾ ਔਰ ਉਹਦੇ ਵਿੱਚ ਕੁਫਰ ਤੋਲਿਆ 1877 ਤੋਂ ਪਹਿਲਾਂ ਕਹਿੰਦੇ ਦਸਮ ਗ੍ਰੰਥ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ 1877 ਦੇ ਵਿੱਚ ਦਸਮ ਗ੍ਰੰਥ ਘੜ ਕੇ ਅੰਗਰੇਜ਼ਾਂ ਦੇ ਸਮੇਂ ਸਿੱਖਾਂ ਦੇ ਵਿੱਚ ਪ੍ਰਚਾਰ ਦਿੱਤਾ ਗਿਆ ਤੇ ਫਿਰ ਉੱਥੇ ਜਵਾਬ ਨਾਲ ਹੀ ਹੈ ਕਿ 1843 ਵਿੱਚ ਤਾਂ ਸੂਰਜ ਪ੍ਰਕਾਸ਼ ਹੁੰਦਾ ਹੋਇਆ ਕੋ ਸਤਨਾਮ ਸੇਵਾਏ 1843 ਵਿੱਚ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਪੂਰਾ ਕਰ ਰਹੇ ਨੇ ਤੇ ਭਾਈ ਸਾਹਿਬ ਜੀ ਆਪਣੀ ਕਰਮਾਂ ਦੇ ਖੜੇ ਨੇ ਪਟਨੇ ਪੌਂਦੇ ਸਾਹਿਬ ਦਾ ਇਤਿਹਾਸ ਵੀ ਕਲਿੰਦਰੀ ਦੇ ਕੂਲ ਜਮਨਾ ਦੇ ਕੰਢੇ ਤੇ ਬਹਿ ਕੇ ਕਲਗੀਆਂ ਵਾਲੇ ਪਾਤਸ਼ਾਹ ਕ੍ਰਿਸ਼ਨਾ ਨੂੰ ਲਾਲ ਲਿਖਵਾ ਰਹੇ ਸਨ ਤੇ ਹਜ਼ੂਰ ਆਪ ਵੀ ਲਿਖਦੇ ਨੇ 1745 ਸਾਵਣ ਸੁੱਧ ਸਥਿਤ ਦੀਪ ਨਗਰ ਪਾਮਦਾ ਸ਼ੁਭ ਕਰਨ ਜਮਨਾ ਬਹਿ ਸਮੀਪ ਇੱਥੇ ਜਮਨਾ ਦੇ ਕੰਢੇ ਹੋਰ ਕਿਹੜਾ ਕਵੀ ਹੋਵੇਗਾ ਕਿਹੜਾ ਕਵੀ ਹੋਵੇਗਾ ਜਿਹੜਾ ਸਿੱਖ ਮਤ ਦੇ ਉਲਟ ਲਿਖ ਸਕਦਾ ਜੇ ਉਲਟ ਜੇ ਕਿਸੇ ਹੋਰ ਨੇ ਵੀ ਲਿਖਿਆ ਪਟਨੇ ਪੌਂਦੇ ਸਾਹਿਬ ਬਹਿ ਕੇ ਲਿਖਿਆ ਜਮਨਾ ਦੇ ਕੰਢੇ ਤੇ ਲਿਖਿਆ ਕਿ ਕਲਗੀ ਤੱਕ ਪਤਾ ਨਹੀਂ ਲੱਗਿਆ ਕੈਸੇ ਕਮਾਲ ਦੀ ਗੱਲ ਹੈ ਇਹਨਾਂ ਸੱਜਣਾਂ ਦਾ ਇੱਕੋ ਅਸੂਲ ਹੈ ਕਿ ਦੁੱਧ ਨੂੰ ਕਾਲਾ ਕਹੋ ਦੁੱਧ ਦਾ ਰੰਗ ਪੁੱਛੋ ਨਾ ਇਹਨਾਂ ਨੂੰ ਤੇ ਕਾਲਾ ਹੀ ਦੱਸਣਗੇ ਦੁੱਧ ਦਾ ਰੰਗ ਦਿੱਤਾ ਨਹੀਂ ਕਹਿਣਗੇ ਚੌਪਈ ਨੂੰ ਹੁਣ ਅੱਜ ਦੀ ਗੁਰਦੁਆਰੇ 'ਚ ਕਹਿੰਦੇ ਅਸੀਂ ਚੌਪਈ ਨੂੰ ਮੰਨਦੇ ਜੇ ਤੁਸੀਂ ਚੌਪਈ ਨੂੰ ਮੰਨਦੇ ਹੋ ਤੇ ਕਾਲੇ ਅਫਗਾਨੇ ਨੂੰ ਸਨਮਾਨ ਕਿਉਂ ਕਰਦੇ ਹੋ ਉਹਦੇ ਖਿਲਾਫ ਕਦੀ ਕਿਉਂ ਨਹੀਂ ਸਿੱਖ ਗੁਰਦੁਆਰੇ 'ਚ ਲਿਖਿਆ ਕਿਉਂਕਿ ਸਿੱਖ ਪੰਥ ਦੀ ਜੋ ਮਰਿਆਦਾ ਸੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੈ ਉਹਦੇ ਚੌਪਈ ਦੇ ਕਿਸਮ ਭਗਵਤੀ ਦੀ ਵਾਰ ਬਿਲਕੁਲ ਪ੍ਰਵਾਨਿਤ ਹੈ ਯਾਨੀ ਭਾਰਤ ਸਿੰਘ ਨੂੰ ਜਿਸੇ ਬਿਨਾਂ ਦੇ ਪੰਥ ਨੂੰ ਛੇਕਿਆ ਗਿਆ ਹੈ ਕਿ ਉਸਨੇ ਦਸਮ ਗ੍ਰੰਥ ਮਿਲਣੇ ਦੇ ਕੇ ਭਗਵਤੀ ਦੀ ਵਾਰ ਤੇ ਔਰ ਇਸ ਮੁੱਦੇ ਤੇ ਜੋ ਚੌਪਈ ਸਾਹਿਬ ਹੈ ਇਹਦੇ ਉੱਤੇ ਕਿੰਤੂ ਕੀਤਾ ਸੀ ਪੰਥ ਛੇਕ ਦਿੱਤਾ ਗਿਆ ਔਰ ਜੇ ਕਾਲਾ ਫਗਾਨਾ ਉਸ ਤੋਂ ਵੀ ਦੋ ਗ੍ਰੰਥ ਅੱਗੇ ਟੱਪਿਆ ਉਹ ਕਹਿੰਦਾ ਜਾਪ ਸਾਹਿਬ ਦੀ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਕਹਿੰਦਾ ਜੇ ਹੋਵੇ ਤੇ ਕਹਿੰਦਾ ਮੈਂ ਨਹੀਂ ਮੰਨਦਾ ਤੇ ਐਤਕੀ ਹੁਣ ਕਹਿੰਦਾ ਮੈਂ ਖੰਡੇ ਦੀ ਪੌਦ ਨੂੰ ਅੰਮ੍ਰਿਤ ਨਹੀਂ ਮੰਨਦਾ ਦੇਖੋ ਕਹਿੰਦਾ ਵੀ ਖੰਡੇ ਦੀ ਪੌਦ ਨੂੰ ਮੈਂ ਅੰਮ੍ਰਿਤ ਨਹੀਂ ਮੰਨਦਾ ਪਰ ਤੂੰ ਅੰਮ੍ਰਿਤ ਸ਼ਰਾਬ ਦੀ ਬੋਤਲ ਨੂੰ ਮੰਨਦਾ ਹੋਇਆ ਇਹਦਾ ਤਾਂ ਅਰਥ ਇਹ ਨਿਕਲਦਾ ਨਾ ਜੇ ਤੂੰ ਖੰਡੇ ਦੀ ਪੌਦ ਨੂੰ ਅੰਮ੍ਰਿਤ ਨਹੀਂ ਮੰਨਦਾ ਤੇ ਫਿਰ ਅੰਮ੍ਰਿਤ ਕਿਹੜਾ ਹੈ ਜੇ ਸਾਰਾ ਪੰਥ ਇੱਥੋਂ ਤੱਕ ਕੇ ਅਕਾਲ ਤਖ਼ਤ ਦੀ ਮਰਿਆਦਾ ਵੀ ਕਹਿ ਰਹੀ ਕਿ ਖੰਡੇ ਦੀ ਪੌੜ ਨਹੀਂ ਅੰਮ੍ਰਿਤ ਹੈ ਔਰ ਸਤਿਗੁਰਾਂ ਨੇ ਉਹੀ ਅੰਮ੍ਰਿਤ ਮੁੜ ਤੋਂ ਧੁਰਦਰਗਾਹੀ ਆਇਆ ਤੇ ਖੰਡੇ ਦੀ ਦਾਤ ਨੂੰ ਦੁਆਰਾ ਦਿੱਤਾ ਉਸਨੂੰ ਜੈ ਵੀ ਕਰ ਰਿਹਾ ਉਸ ਬੰਦੇ ਦੇ ਖਿਲਾਫ ਕਦੀ ਕਿਉਂ ਨਹੀਂ ਬੋਲੇ ਜਿਹੜੇ ਕਹਿੰਦੇ ਅਸੀਂ ਕਿਉਂ ਕਹਿੰਦੇ ਹਾਮੀ ਹਾਂ ਹੁਣ ਕਿਉਂ ਹਾਮੀ ਹਾਂ ਕਿਉਂਕਿ ਅਕਾਲ ਤਖ਼ਤ ਤੋਂ ਡਰਦੇ ਨੇ ਵੀ ਜੇ ਅਸੀਂ ਮਾੜੇ ਜੇ ਬੋਲੇ ਗੁੱਸੇ ਤੇ ਹੁਣ ਕਾਬੂ ਆ ਜਾਵਾਂਗੇ ਬੜੇ ਚਲਾਕ ਨੇ ਲੋਕ ਸਾਹਿਬ ਸਾਹਿਬ ਜੀ ਚਲਾਕੀਆਂ ਨਹੀਂ ਚੱਲਣ ਦੇਣੀਆਂ ਹੁਸ਼ਿਆਰੀ ਨਹੀਂ ਚੱਲਣ ਦੇਣੀ ਜੇ ਚੌਪਈ ਨੂੰ ਮੰਨਦੇ ਨੇ ਤੇ ਵਿਦਰੋਹ ਖਿਆਨ ਇਹਨਾਂ ਨੂੰ ਮੰਨਣਾ ਪਵੇਗਾ ਜੇ ਚੌਪਈ ਨੂੰ ਨਹੀਂ ਮੰਨਦੇ ਤੇ ਪੰਥ ਤੋਂ ਬਾਹਰ ਹੋ ਜਾਣ ਹੋਰ ਆਪਣਾ ਲੈਣ ਸਾਸਤੇ ਪੰਥ ਦੇ ਕੁਛ ਨਹੀਂ ਕਰਦੇ ਜੇ ਚੌਪਈ ਨੂੰ ਮੰਨਦੇ ਨੇ ਤੇ ਵਿਦਰੋਹ ਖਿਆਨ ਮੰਨਣਾ ਪਵੇਗਾ ਜੇ ਵਿਦਰੋਹ ਤੋਂ ਚੌਪਈ ਨੂੰ ਨਹੀਂ ਮੰਨਦੇ ਤੇ ਆਪਣਾ ਅੰਮ੍ਰਿਤ ਵਖਾ ਬਣਾ ਲੈਣ ਜਿਵੇਂ ਕਾਲਾ ਫਗਾਨਾ ਕਹਿੰਦਾ ਸੁਖਮਣੀ ਸਾਹਿਬ ਪੜ੍ਹ ਕੇ ਬਣਾ ਦਿੱਤਾ ਕਦੀ ਕਹਿੰਦਾ ਜਪਜੀ ਸਾਹਿਬ ਪੜ੍ਹ ਕੇ ਬਣਾ ਦਿੱਤਾ ਉਹ ਪਈਏ ਦੇ ਕੋਈ ਪ੍ਰਮਾਣ ਵੀ ਹੋਵੇ ਕੋਈ ਉਦਾਹਰਣ ਵੀ ਹੋਵੇ ਇਸ ਤੋਂ ਪਹਿਲਾਂ ਭਾਈ ਸੁਖਾ ਸਿੰਘ ਜੀ ਨੇ 1797 ਦੇ ਵਿੱਚ ਗੁਰਬਿਲਾਸ ਲਿਖਿਆ ਉਹਨੇ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗ੍ਰੰਥ ਕਵੀ ਦਾ ਕਿਰਤ ਮੰਨਿਆ 1768 ਦੇ ਵਿੱਚ ਇਹ ਗੁਰਬਿਲਾਸ ਕੇਸਰ ਸਿੰਘ ਉਸ ਨੇ
ਸਾਧਨੀਨਾਮਾ ਦਸਮਾਂ ਪੰਥਾਂ ਪਾਤਸ਼ਾਹੀਆਂ ਦਾ ਲਿਖਿਆ, ਉਹਨੇ ਸਾਰੇ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਿਆ। 1851 ਦੇ ਵਿੱਚ ਕੇਸ ਕੋਇਲ ਸਿੰਘ ਦਾ ਗੁਰਗਲਾਸ ਲਿਖਿਆ। ਗੁਰੂ ਸਾਹਿਬ ਤੋਂ ਕੇਵਲ 48 ਸਾਲ ਬਾਅਦ ਉਹਨੇ ਵੀ ਸਾਰੀ ਰਚਨਾ ਗੁਰਮੁਖੀ ਧਰਤੀ ਦੀ ਮੰਨੀ। ਕਿਆ ਉਹ ਸਾਰੇ ਸਿੱਖ ਅਗਿਆਨੀ ਸਨ? ਮੈਂ ਪੁੱਛਦਾ ਹਾਂ, 1812 ਦੇ ਵਿੱਚ ਅੰਗਰੇਜ਼ ਸੇਵਕ ਨੇ ਲਿਖਿਆ ਕਿ ਮੈਂ ਸਿੱਖਾਂ ਦੇ ਦੀਵਾਨ ਵਿੱਚ ਗਿਆ, ਸਿੱਖਾਂ ਦਾ ਦੀਵਾਨ ਵੇਖਿਆ, ਸਿੰਘਾਂ ਦਾ ਦੀਵਾਨ, ਸਿੱਖ ਸਜੇ ਹੋਏ ਸਨ, ਸ਼ਸਤਰਧਾਰੀ ਸਨ, ਬਾਣੀ ਪੜ੍ਹਦੇ ਸਨ। ਉੱਥੇ ਦੋ ਗ੍ਰੰਥਾਂ ਦਾ ਪ੍ਰਕਾਸ਼ ਸੀ, ਉਹ ਕਹਿੰਦਾ ਇੱਕ ਦਾ ਨਾਮ ਆਦਿ ਗ੍ਰੰਥ, ਦੂਜੇ ਦਾ ਨਾਮ ਦਸਮ ਗ੍ਰੰਥ। ਕਿਆ 1812 ਵਿੱਚ ਅਕਾਲੀ ਬੂਟਾ ਸਿੰਘ ਦੇ ਸਮੇਂ ਦੋ ਗ੍ਰੰਥ ਪ੍ਰਕਾਸ਼ ਸਨ ਕਿ ਅਕਾਲੀ ਬੂਟਾ ਸਿੰਘ ਗੁਰੂ ਦਾ ਸਿੱਖ ਨਹੀਂ ਸੀ? ਇਹ ਸਵਾਲ ਹੈ। ਇਹ ਸਵਾਲ ਕੇਵਲ ਇਹਨਾਂ ਨੂੰ ਕਿਉਂ ਉੱਠਿਆ? ਔਰ ਫਿਰ ਇਹ ਮੰਨਦੇ ਹਨ ਪੰਥ ਦਾ ਮਹਾਨ ਵਿਦਵਾਨ ਗਿਆਨੀ ਜਿੱਤ ਸਿੰਘ ਮੰਨਦੇ ਹਨ ਕਿ ਗਿਆਨੀ ਜਿੱਤ ਸਿੰਘ ਨੇ ਪੰਥ ਨੂੰ ਬਹੁਤ ਵੱਡੀ ਲੈਣ ਦਿੱਤੀ। ਇਹ ਵੀ ਮੰਨਦੇ ਨੇ ਕਿ ਸਾਡੀ ਸਾਰੀ ਵਿਚਾਰਧਾਰਾ ਗਿਆਨੀ ਜਿੱਤ ਸਿੰਘ ਤੋਂ ਆਈ ਹੈ। ਇਹ ਵੀ ਮੰਨਦੇ ਨੇ ਕਿ ਸਾਡਾ ਪਿਤਾਮਾ ਗਿਆਨੀ ਜਿੱਤ ਸਿੰਘ ਹੈ। ਪਰ ਸਾਹਿਬ ਜੀ ਹੁਣੇ ਹੁਣੇ ਸਿੱਖ ਲਹਿਰ ਨੇ ਕਿਤਾਬ ਛਾਪੀ ਹੈ ਦੁਰਗਾ ਪ੍ਰਬੋਧ, ਗਿਆਨੀ ਜਿੱਤ ਸਿੰਘ ਹੋਰਾਂ ਦੀ ਲਿਖੀ ਹੋਈ, ਤੇ ਦਾਸ ਨਾਲ ਲੈ ਕੇ ਆਇਆ। ਜੇ ਕਿਸੇ ਨੇ ਦੇਖਣੀ ਹੋਵੇ ਦੇਖ ਸਕਦਾ, ਚਿੱਤਰ ਨਾਟਕ ਵਿੱਚੋਂ, ਕ੍ਰਿਸ਼ਨਾ ਅਵਤਾਰ ਵਿੱਚੋਂ, ਰਾਮਾ ਅਵਤਾਰ ਵਿੱਚੋਂ, ਚਰਿੱਤਰਾਂ ਵਿੱਚੋਂ, ਚਰਿੱਤਰਾਂ ਸਾਫ ਨੇ ਕੀਤਾ ਗਿਆਨੀ ਜਿੱਤ ਸਿੰਘ ਨੇ। ਕਹਿੰਦਾ ਕਲਗੀ ਧਰਮ ਆਪਣੇ ਲਿਖੇ ਹੋਏ ਚਰਿੱਤਰਾਂ 'ਚ ਕਹਿ ਰਹੇ ਨੇ, ਸੁੱਧ ਜਪ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਊਂ ਦੀ ਹੈ ਪਰਮ ਕੋਏ ਪ੍ਰਾਣ ਜਪ ਲੰਕਟ ਧਾਰ ਨਾ ਸਾਰੇ, ਜਿਜ ਨਾਨੀ ਕੇ ਸਾਥ ਮਿਲ ਤੁਮ ਨੇ ਵਧਾਈਓ, ਪਰ ਨਾਨਕੀ ਸੇ ਹੂਣ ਸੁਪਨੇ ਨੂੰ ਨਾ ਜਾਈਓ। ਇਹ ਕੰਮ ਗਿਆਨੀ ਜਿੱਤ ਸਿੰਘ ਜੀ ਨਹੀਂ ਮੰਨਦੇ ਹਨ। ਜੇ ਗਿਆਨੀ ਜਿੱਤ ਸਿੰਘ ਜੀ ਇਹਨਾਂ ਦੇ ਮਿਸ਼ਨਰੀਆਂ ਦੇ ਕਿਤਾਬਾਂ ਹਨ, ਮਾਫ ਕਰਨਾ, ਤੇ ਫਿਰ ਇਹ ਉਹਨਾਂ ਦੀ ਗੱਲ ਵੀ ਨਹੀਂ ਮੰਨਦੇ। ਕਿਤੇ ਜਿਵੇਂ ਸਿੰਘ ਸਾਹਿਬ ਦੱਸ ਕੇ ਗਏ ਨਾ ਭਾਈ ਗੁਰਮੀਤ ਸਿੰਘ ਜੀ, ਵੀ ਮੇਰੇ ਵਿਆਹ ਦਾ ਚੇਲਾ ਹੀ ਉਲਟ ਹੋ ਗਿਆ ਉਹਨਾਂ ਤੋਂ, ਇਹ ਆਪਣੇ ਪ੍ਰੋਫੈਸਰਾਂ ਤੋਂ ਹੀ ਉਲਟ ਹੋ ਗਏ। ਸਭ ਤੋਂ ਡਾਇਜੈਸਟ ਜਿਹੜੇ ਸਾਡੇ ਵਿਦਵਾਨ ਹੋਏ ਪ੍ਰਿੰਸੀਪਲ ਸਾਹਿਬ ਸਿੰਘ, ਸਿੱਖ ਮਿਸ਼ਨਰੀ ਕਾਲ ਸਿੰਘ ਤੇ ਅੰਮ੍ਰਿਤਸਰ, ਉਹਨਾਂ ਨੇ ਵੀ ਕਸਮ ਭਗਵਤੀ ਦੇ ਹੱਕ ਵਿੱਚ ਲਿਖਿਆ। ਕਸਮ ਭਗਵਤੀ ਸੁੰਦਰ ਕਿਆ, ਉਹਨਾਂ ਨੇ ਕਿਹਾ ਭਗਵਤੀ ਦਾ ਅਰਥ ਪਰਮਾਤਮਾ ਹੈ, ਪਰਮੇਸ਼ਰ ਹੈ, ਨਾ ਕਿ ਕੋਈ ਦੇਵੀ। ਪਰ ਅੱਜ ਧੱਕੇ ਨਾਲ ਅਰਥ ਚੱਲ ਰਹੇ ਨੇ, ਨਹੀਂ ਜੀ ਕਦੀ ਵੀ ਨਹੀਂ ਹੋ ਸਕਦਾ ਪਰਮਾਤਮਾ ਦਾ ਅਰਥ। ਤੇ ਫਿਰ ਜੇ ਭਗਵਤੀ ਪਰਮਾਤਮਾ ਨਹੀਂ ਹੋ ਸਕਦਾ, ਤੇ ਮੁਰਾਰੀ ਦਾ ਅਰਥ ਪਰਮਾਤਮਾ ਵੀ ਨਹੀਂ ਹੋ ਸਕਦਾ, ਕਿਉਂਕਿ ਮੁਰਾਰੀ ਦਾ ਮਤਲਬ ਹੈ ਮੁਰ ਨਾਮ ਮਾਰਨ ਵਾਲਾ ਰਾਤ। ਉਹ ਕੌਣ ਸੀ? ਓਪਰੇਸ਼ਨ ਸੀ, ਜੋ ਉਹਦਾ ਓਪਰੇਸ਼ਨ ਹੀ ਕਰਨਾ ਪਵੇਗਾ। ਜਿੰਨੇ ਸੰਸਰਨਾਮੇ ਦੇ ਵਿੱਚ ਨਾਮ ਨੇ, ਉਹਨਾਂ ਦੇ ਅਰਥ ਕਰਨ ਕਰੋਗੇ ਕਿਵੇਂ ਕਰੋਗੇ? ਗੱਲਾਂ ਬਹੁਤ ਨੇ, ਮੈਨੂੰ 2 ਘੰਟੇ ਚਾਹੀਦੇ ਘੱਟੋ ਘੱਟ ਇਸ ਵਿਸ਼ੇ ਤੇ ਬੋਲਣ ਲਈ, ਸਮਾਂ ਬਹੁਤ ਘੱਟ ਹੈ। ਮੈਂ ਇੱਕੋ ਗੱਲ ਕਹਿ ਰਿਹਾ, ਖਾਲਸਾ ਜੀ ਇਹ ਸਾਡੀਆਂ ਜੜ੍ਹਾਂ ਨੂੰ ਫੋੜਾ ਲਾਉਣ ਦੀ ਕੋਸ਼ਿਸ਼ ਅੱਜ ਦੀ ਨਹੀਂ ਕੀਤੀ ਗਈ। ਇੱਕ ਨਿਆਏ ਹੈ ਕਿ ਕਿਸੇ ਚੀਜ਼ ਨੂੰ ਸਿੱਧੇ ਤੌਰ ਤੇ ਕੰਡਮ ਕਰਨਾ ਬੜਾ ਔਖਾ ਹੁੰਦਾ। ਜਿਵੇਂ ਮੈਂ ਕਹਿ ਰਿਹਾ ਬਈ ਹਾਂ ਸ਼ੇਰ ਸਿੰਘ ਨਹੀਂ, ਤੇ ਤੁਸੀਂ ਕਹੋਗੇ ਲੈ ਤਾਂ ਝੂਠ ਬੋਲਦਾ, ਸ਼ੇਰ ਸਿੰਘ ਤਾਂ ਆਇਆ, ਫਿਰ ਕੀ ਕਹਿਣਾ ਪਵੇਗਾ? ਫਿਰ ਹੌਲੇ ਹੌਲੇ ਨਾ ਇਹ ਜਿਹੜੀ ਉਂਗਲੀ ਹੈ ਨਾ, ਇਹ ਸ਼ੱਕੀ ਲੱਗਦੀ ਹੈ, ਇਹ ਬਣਾਉਟੀ ਹੈ, ਹੋ ਸਕਦਾ ਸਰਜਰੀ ਕਰਕੇ ਲਵਾਏ ਹੋ। ਫਿਰ ਕਹਿਣਾ ਵੀ ਇਹ ਤਾਂ ਬਣਾਉਟੀ, ਫਿਰ ਹੌਲੇ ਹੌਲੇ ਜਿਹੜੇ ਮੰਨ ਕੇ ਲੋਕ ਵੀ ਹੱਥ ਬਣਾਉਟੀ ਹੈ, ਫਿਰ ਕਹਿਣਾ ਵੀ ਇਹਦੀ ਬਾਂਹ ਵੀ ਜਿਹੜੀ ਹੈ ਨਾ ਇਹ ਬਣਾਉਟੀ ਹੈ, ਫਿਰ ਇਹਦਾ ਮੋਢਾ, ਫਿਰ ਇਹ ਸਾਰਾ ਹੀ ਬਣਾਉਟੀ ਹੈ। 1849 ਵਿੱਚ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ, ਇਹ ਗੱਲ ਸਾਰੇ ਜਾਣਦੇ। ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਅੰਗਰੇਜ਼ਾਂ ਨੇ ਸਾਰੇ ਸਿੱਖ ਲਿਟਰੇਚਰ ਨੂੰ ਆਦਿ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਸਰਬਲੋਕ ਗ੍ਰੰਥ, ਸੂਝ ਪ੍ਰਕਾਸ਼, ਪੰਥ ਪ੍ਰਕਾਸ਼, ਸਾਰੇ ਗ੍ਰੰਥਾਂ ਦਾ ਮੁਤਾਲਾ ਕੀਤਾ। ਉਹਨਾਂ ਨੇ ਦੇਖਿਆ ਕਿ ਇਕੱਲਾ ਇਕੱਲਾ ਸਿੱਖ ਸਭਰਾਵਾਂ ਦੀ ਲੜਾਈ, ਚੇਲਿਆਂ ਵਾਲੀ ਦੀ ਲੜਾਈ ਦੇ ਵਿੱਚ ਇਕੱਲੇ ਇਕੱਲੇ ਸਿੱਖ ਨੇ 1820 ਅੰਗਰੇਜ਼ ਤਲਵਾਰ ਨੂੰ ਝੁਕਾ ਦਿੱਤੇ ਨੇ, ਇਹ ਕੀ ਬਲਾ ਨੇ ਇਹਨਾਂ ਦੀ ਸਪਿਰਿਟ, ਇਹ ਜੰਗੀ ਮਾਰਸਲ ਸਪਿਰਿਟ ਕਿੱਥੋਂ? ਫਿਰ ਉਹਨਾਂ ਆਖਿਆ ਵੀ ਇਹਨਾਂ ਦੇ ਗ੍ਰੰਥ ਪੜ੍ਹੋ। ਜਦੋਂ ਗ੍ਰੰਥ ਪੜ੍ਹੇ, ਉਹ ਇਸ ਨਿਰਣੇ ਤੇ ਪਹੁੰਚੇ ਕਿ ਜਿਹੜਾ ਸਵਾ ਸਵਾ ਲੱਖ ਨਾਲ ਲੜਨ ਦੀ ਸਪਿਰਿਟ ਪੈਦਾ ਕਰਦਾ ਉਹ ਦਸਮ ਗ੍ਰੰਥ ਹੈ। ਪਾਣੀ ਲੱਗ ਜਾਂਦੀ ਹੈ ਦਸਮ ਗ੍ਰੰਥ ਪੜ੍ਹ ਕੇ,
ਸੂਰਮੇ ਪੜ੍ਹਦੇ ਨੇ, ਬਹਾਦਰ ਪੜ੍ਹਦੇ ਨੇ। ਅੰਗਰੇਜ਼ ਆਖਿਆ ਜੇ ਗ੍ਰੰਥ ਇਹਨਾਂ ਕੋਲ ਰਹਿ ਗਿਆ ਤਾਂ ਅਸਤਾਲ ਰਾਜ ਖੋਲਣਗੇ ਸਾਡੇ ਕੋਲ। ਜੇ ਗ੍ਰੰਥ ਦੇ ਪੜ੍ਹਦੇ ਰਹੇ, ਵਿਸ਼ਵਾਸ ਕਰਦੇ ਰਹੇ, ਇਹਨੇ ਸਾਨੂੰ ਰਾਜ ਕਰਨ ਦੇਣਗੇ। ਰਾਜ ਕਰਨ ਦਾ ਤਰੀਕਾ ਇਹਨਾਂ ਨੂੰ ਇਸ ਗ੍ਰੰਥ ਤੋਂ ਬੇਮੁਖ ਕੀਤਾ ਜਾਵੇ, ਉਹਦੇ ਵਾਸਤੇ ਤਰੀਕਾ ਵਰਤਿਆ ਗਿਆ। ਸਿੱਖੀ ਰੂਪ ਦੇ ਵਿੱਚ ਤਪਾਨਾ ਖੁਆ ਕੇ, ਪੱਗਾਂ ਬਣਾ ਕੇ, ਬਣਾਉਟੀ ਸਿੱਖ ਪ੍ਰਚਾਰ ਪੈਦਾ ਕਰਕੇ ਸਾਡੇ ਅੰਦਰ 2-4% ਉਹਨਾਂ ਕੋਲੋਂ ਕਦੀ ਦਸਮ ਗ੍ਰੰਥ ਤੇ, ਕਦੀ ਭਗਤਾਂ ਦੀ ਬਾਣੀ ਤੇ, ਕਦੀ ਭੱਟਾਂ ਦੇ ਸਵਈਆਂ ਤੇ, ਕਦੀ ਰਾਮ ਕਵੀ ਦੀ ਸੱਤੇ ਪਰਵੰਡੇ ਦੀ ਵਾਰ ਤੇ, ਕਦੀ ਭਾਈ ਗੁਰਦਾਸ ਦੀ ਦਸਵੀਂ ਵਾਰ ਤੇ, ਕਦੀ ਉਕਤਾਲ ਦੀ ਵਾਰ ਤੇ, ਕਦੀ ਇਕਤਾਲੀ ਵਾਰ ਤੇ ਕਿਸ ਟੁਕਰਾਏ, ਫਿਰ ਸੂਰਜ ਪ੍ਰਕਾਸ਼ ਤੇ ਕਲਪ ਫੇਰ ਦਿੱਤੀ, ਪੰਥ ਪ੍ਰਕਾਸ਼ ਨੂੰ ਵਿਖਾਉਣੇ ਦੱਸ ਦਿੱਤਾ, ਸਾਰਾ ਲਿਟਰੇਚਰ ਸਾਡੇ ਜਿਲ੍ਹਾ 'ਚ ਵਹਿਮੀ ਭਰ ਕੇ ਬਣਾ। ਵਿਚਾਰ ਸੀ ਉਹ ਉਸਨੂੰ ਨਹੀਂ ਸਮਝਿਆ, ਤੇ ਅਣਸਮਝੀ ਦਾ ਕਾਰਨ ਸਾਡੇ ਨਾਲ ਉਹ ਹਾਲਤ ਹੋਈ ਹੈ ਜਿਵੇਂ ਇੱਕ ਰਾਜੇ ਦੇ ਦਰਬਾਰ ਜੁਲਾਇਆ ਗਿਆ। ਜੁਲਾਇਆ ਉਹ ਜਿਹੜਾ ਕੱਪੜੇ ਹੋਣ ਦਾ ਕੰਮ ਕਰਦਾ, ਉਹਨੇ ਆਖਿਆ ਰਾਜਾ ਸਾਹਿਬ ਮੈਂ ਬੜੇ ਕਮਾਲ ਦਾ ਇੱਕ ਕੰਮ ਕੀਤਾ, ਜੋ ਪੱਗ ਤਿਆਰ ਕੀਤੀ ਹੈ ਉਹ ਪੱਗ ਮੈਂ ਆਪ ਜੀ ਨੂੰ ਤੌਰ ਤੇ ਦਿਖਾਵਾਂ। ਰਾਜੇ ਨੇ ਕਿਹਾ ਦਿਖਾ, ਉਹ ਕਹਿੰਦਾ ਜੀ ਮੈਂ ਅੱਜ ਤਾਂ ਨਹੀਂ ਲੈ ਕੇ ਆਇਆ, ਤੁਸੀਂ ਦਰਬਾਰ ਲਾਓ ਫਿਰ ਮੈਂ ਸਾਰਿਆਂ ਦੇ ਸਾਹਮਣੇ ਦਿਖਾਵਾਂ। ਰਾਜੇ ਨੇ ਦਰਬਾਰ ਸੱਦ ਲਿਆ, ਬੜੇ ਬੜੇ ਆ ਗਏ, ਕਹਿੰਦੇ ਉਹ ਪੱਗ ਇਹ ਹੈ ਵੀ ਮੇਰੇ ਕੋਲ ਗੱਦੀ 'ਚ ਪੰਦ ਹੈ, ਬਹੁਤ ਕੀਮਤੀ, ਬਹੁਤ ਛੋਟੀ ਮਲਮਲ ਦੀ ਪੱਗ ਹੈ, ਮੈਂ ਤੁਹਾਨੂੰ ਦਿਖਾਵਾਂਗਾ ਸਾਰਾ ਸਥਾਨ ਖੋਲ੍ਹ ਕੇ, ਪਰੰਤੂ ਨਜ਼ਰ ਉਸ ਨੂੰ ਆਵੇਗੀ ਜਿਹੜਾ ਆਪਣੇ ਸਕਾ ਪੁੱਤਰ ਹੋਵੇਗਾ, ਜਿਹੜਾ ਪਿਓ ਦਾ ਪੁੱਤਰ ਨਾ ਹੋਇਆ ਉਹਨੂੰ ਨਜ਼ਰ ਕੋਈ ਨਹੀਂ ਆਉਣੀ। ਰਾਜੇ ਨੇ ਆਖਿਆ ਠੀਕ ਆ, ਬਹਿ ਗਈ ਸਭਾ, ਉਹਦੇ ਵਿੱਚ ਲੱਗ ਪਿਆ, ਉਹ ਜਲਾਏ ਸਿੰਘ ਬਖਸ਼ੀ ਚੌਂਕੀ 'ਤੇ ਬਿਠਾਇਆ, ਆਪਣੇ ਆਪਣੇ ਵਜ਼ੀਰ ਅਮੀਰ ਆ ਕੇ ਸੰਭਾਲਾ ਕੇ ਪਰਜਾ ਆ ਗਈ। ਉਹ ਐਨਾ ਖਾਲੀ ਹੱਥ ਨਾਲ 1 ਮੀਟਰ 2 ਮੀਟਰ 3 ਮੀਟਰ ਖਾਲੀ ਕਰੀ ਗਿਆ, ਤੇ ਰਾਜੇ ਨੂੰ ਸ਼ੱਕ ਹੋ ਗਿਆ ਵੀ ਮੇਰੀ ਮਾਂ ਦੇ ਵਜ਼ੀਰ ਹੋ ਗਿਆ ਆਪਣੀ ਮਾਂ ਦੇ, ਬਾਕੀਆਂ ਨੂੰ ਸਾਰੀਆਂ ਨੂੰ ਸਾਰਿਆਂ ਨੂੰ ਕੋਈ ਦੋਵੇ ਕਿਹੜਾ ਜਿਹੜਾ ਕਵੇ ਉਹਨੇ ਦੂਜਿਆਂ ਆਪਣੀ ਨੇ ਆਖਣਾ ਵੀ ਉਹ ਸਾਰੇ। ਰਾਜਾ ਕਹਿੰਦਾ ਬਹੁਤ ਵਧੀਆ ਪੱਗ ਹੈ, ਬਹੁਤ ਠੀਕ ਹੈ, ਬਹੁਤ ਅੱਛੀ ਹੈ। ਵਜ਼ੀਰ ਕਹਿੰਦਾ ਹਾਂ ਹਾਂ ਰਾਜਾ ਸਾਹਿਬ ਕਮਾਲ ਹੋਈ ਪਈ ਹੈ, ਪਰ ਪਿੱਛੇ ਤੇ ਸਾਰੀ ਪ੍ਰਜਾ ਉਹੀ ਗੱਲ ਸਾਡੀ ਬਣੀ, ਸਾਨੂੰ ਆਪਣੇ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਤੇ, ਕਦੀ ਦਸਮ ਗ੍ਰੰਥ ਤੇ, ਕਦੀ ਭਾਈ ਗੁਰਦਾਸ ਤੇ, ਤੇ ਉਹਦੇ ਜਲਾਬ ਨੂੰ ਸ਼ੱਕਾ ਪਾ ਦਿੰਦੇ ਨੇ, ਸਾਨੂੰ ਮਤਲਬ ਵਡਿਆਉਂਦਾ ਕੋਈ ਨਹੀਂ, ਅਸੀਂ ਵਾਹ ਵਾਹ ਕਰਕੇ ਉਹਨਾਂ ਨੂੰ ਵਡਿਆ ਦਿੰਦੇ ਹਾਂ। ਖਾਲਸਾ ਜੀ ਸਮਝਣ ਦੀ ਲੋੜ ਹੈ, ਅੱਜ ਸਾਨੂੰ ਆਪਣੇ ਵਿਰਸੇ ਸੰਭਾਲਣ ਦੀ ਲੋੜ ਹੈ, ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਦੀ ਲੋੜ ਹੈ। ਇਹ ਬਹੁਤ ਵੱਡਾ ਖਜ਼ਾਨਾ, ਤੂੰ ਗ੍ਰੰਥ ਮੈਂ ਬਾਣੀ ਜੋਈ, ਚੁਣ ਚੁਣ ਕੰਠ ਕਰੈ ਨੇ ਰਸੋਈ ਲੈ ਖਜ਼ਾਨੇ ਦਾ ਬਚਣਾ ਹੈ। ਦੋਵਾਂ ਬਾਣੀ ਸਾਡਾ ਬਜ਼ੁਰਗਾਂ ਨੇ ਨਿਤ ਨੇਮ ਬਣਾਇਆ, ਸਵੇਰ ਦਾ ਨਿਤ ਨੇਮ ਉਹ ਵੀ ਦੋਵਾਂ ਗ੍ਰੰਥਾਂ ਵਿੱਚੋਂ, ਸ਼ਾਮ ਦਾ ਨਿਤ ਨੇਮ ਉਹ ਵੀ ਦੋਵਾਂ ਗ੍ਰੰਥਾਂ ਦੇ ਵਿੱਚੋਂ, ਅੰਮ੍ਰਿਤ ਛਕਾਇਆ ਦੋਵਾਂ ਗ੍ਰੰਥਾਂ ਦੇ ਵਿੱਚੋਂ। ਫਿਰ ਜਿਵੇਂ ਕਹਿ ਦਿੰਦੇ ਨੇ ਉਹ ਵੱਖਰਾ ਉਹ ਵੱਖਰਾ, ਪਤਾ ਨਹੀਂ ਇਹ ਆਪਣੇ ਆਪਣੇ ਮਨ ਦੀ ਘੜਦੇ ਖਿਆਲਾਤ ਨੇ। ਸਾਰਾ ਦਿਨ ਜੇਠਾ ਦੀ ਸਦੀ ਵਿੱਚ ਜਾਣਗੇ ਤੇ ਸਾਨੂੰ ਪੁਰਾਤਨਤਾ ਮੰਨਣੀ ਪਵੇ। ਅੱਜ ਬਹੁਤ ਸਾਰੇ ਲੋਕਾਂ ਨੇ ਇਹ ਗੁਰਵਾੜੀ ਵਿੱਚ ਵੀ ਲਿਖ ਦਿੱਤਾ, ਕਹਿੰਦੇ ਨਿਹੰਗਾਂ ਨੇ ਕੀ ਕੀਤਾ, ਕਹਿੰਦੇ ਨਿਹੰਗਾਂ ਨੇ ਤਾਂ ਸੁੱਖਾ ਪੀਣੇ ਹੀ ਪੈਦਾ ਕੀਤੇ ਨੇ। ਮੈਨੂੰ ਇਹ ਦੱਸੋ ਕਿ ਅਕਾਲੀ ਬੁੱਢਾ ਸਿੰਘ ਪੈਦਾ ਨਹੀਂ ਕੀਤਾ ਨਿਹੰਗਾਂ ਨੇ, ਬਾਬਾ ਦੀਪ ਸਿੰਘ ਪੈਦਾ ਨਹੀਂ ਕੀਤਾ, ਤੇ ਇਸ ਸਦੀ ਦੇ ਵਿੱਚ ਨਿਹੰਗਾਂ ਨੇ ਅਕਾਲੀ ਕੌਰ ਸਿੰਘ ਵਰਗਾ ਵਿਦਵਾਨ ਪੈਦਾ ਨਹੀਂ ਕੀਤਾ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੋਂ ਤਬਕਰਾ ਲਿਖਿਆ ਹੈ। ਇਹੋ ਜਿਹੀਆਂ ਵਿਹੂੜੀਆਂ ਗੱਲਾਂ ਸਿਰਫ ਇਸ ਵਾਸਤੇ ਵੀ ਨਿਹੰਗ ਸਿੰਘ ਦਸਮ ਗ੍ਰੰਥ ਨੂੰ ਮੰਨਦੇ ਨੇ। ਇਹ ਗੱਲ ਹੈ ਨਾ, ਇਹਨੀ ਵੀ ਕਿਹੜਾ, ਹੋਰ ਤਾਂ ਗੱਲ ਕੋਈ ਨਹੀਂ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਆਪਣਾ ਸਾਰੀ ਸਦੀ ਦਾ ਪਿਛੋਕੜ ਵੇਖਣਾ ਚਾਹੀਦਾ, ਆਪਣਾ ਇਤਿਹਾਸ ਵੇਖਣਾ ਚਾਹੀਦਾ, ਗੁਰਬਾਣੀ ਨਾਲ ਜੁੜਨਾ ਚਾਹੀਦਾ। ਇਹ ਮੇਰੀ ਬੇਨਤੀ ਹੈ, ਸਮੁੱਚੇ ਪੰਥ ਖਾਲਸੇ ਨੂੰ ਅੱਜ ਜਾਗਣ ਦੀ ਲੋੜ ਹੈ। ਜੇ ਤੁਸੀਂ ਸੌਂਵੇ ਤੇ ਕੱਲ੍ਹ ਨੂੰ, ਕੱਲ੍ਹ ਨਹੀਂ ਅੱਜ ਹੀ ਸਮਝੋ, ਤਿਆਰੀਆਂ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੱਥੋਂ ਹੋਣੇ ਸ਼ੁਰੂ ਹੋ ਗਏ ਨੇ। ਲਿਖਿਆ ਜਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆਪਕ ਦਾ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਨਾਲ ਨਾ ਬੋਲਣ ਦਿਆ ਕਰੋ ਕਿਸੇ ਨੂੰ, ਜਿਹੜਾ ਆਪਣੀ ਆਪਣੇ ਆਰਟੀਕਲ ਵਿੱਚ, ਆਪਣੇ ਲੇਖ 'ਚ, ਆਪਣੀ ਕਿਤਾਬ 'ਚ, ਆਪਣੀ ਲੈਕਚਰ ਦੇ ਗੱਲ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆਪਕ, ਉਹਦੀ ਜ਼ਬਾਨ ਉੱਥੇ ਖਿੱਚ ਕੇ ਰੱਖ ਦਿਓ। ਵਿਦਿਆਪਕ ਨਾਮ ਝੂਠਦਾ ਹੈ, ਮਿੱਥਿਆ ਨਾਮ ਕਲਪਣਾ ਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਲਪਣਾ ਮੰਨਦੇ, ਗੁਰੂ ਗ੍ਰੰਥ ਸਾਹਿਬ ਦੇ ਝੂਠ ਦੇ ਮੰਨ ਲਿਆ, ਤੇ ਫਿਰ ਸਾਰਾ ਸ਼ਰਧਾ ਸਾਰੀ ਵਿਸ਼ਵਾਸ ਖਤਮ ਹੋ ਜਾਏਗਾ। ਇਤਿਹਾਸ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ,
ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਾਂ ਜੋ ਦੇਖੇ ਆਖੀ। ਇਹ ਲੋਕ ਕਹਿ ਰਹੇ ਨੇ ਕਿ ਧਰਮਰਾਜ ਕੋਈ ਨਹੀਂ ਹੁੰਦਾ, ਜਪੂਤ ਕੋਈ ਨਹੀਂ ਹੁੰਦੇ, ਗੁਰੂ ਕੋਈ ਨਹੀਂ ਹੁੰਦਾ। ਸ਼ਰਿਆਮ ਪ੍ਰਚਾਰ ਕਰ ਰਹੇ ਨੇ ਸ਼ਰਿਆਮ ਤੇ ਸਾਧਨਾ ਜੀ। ਗੁਰੂ ਗ੍ਰੰਥ ਸਾਹਿਬ ਬਾਰ ਬਾਰ ਕਹਿ ਰਿਹਾ ਧਰਮਰਾਜ ਨੇ ਲੇਖਾ ਮੰਗਿਆ ਪਾਪੀ ਦਿੱਤੀ ਭਾਰੀ, ਤੇ ਗੁਰੂ ਗ੍ਰੰਥ ਸਾਹਿਬ ਨੇ ਹੋਰ ਸਪਸ਼ਟ ਧਰਮਰਾਜ ਦੇ ਬਾਰੇ ਤੇ ਜਪੂਤਾਂ ਬਾਰੇ ਗੱਲ ਲਿਖ ਦਿੱਤੀ ਹੈ। ਕਦੋਂ ਲਿਖੀ ਹੈ? ਜਦੋਂ ਤਪਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਭਾਵਨਾ ਮਨ ਮਰ ਗਿਆ ਤੇ ਮਹਾਰਾਜ ਜੀ ਕਹਿੰਦੇ ਤਪਾ ਨਾ ਹੋ ਗਿਆ ਅੰਦਰੋਂ ਲੋਭੀ ਗੁਰਾਮ ਨਾ ਤੇ ਬਚਨਾ ਗੌੜੀ ਦੀ ਵਾਰ ਦੇ ਵਿੱਚ ਤਪਾ ਨਾ ਹੋ ਗਿਆ ਅੰਦਰੋਂ ਲੋਭੀ ਜਿੰਦ ਮਾਇਆ ਮੇਰਾ ਤੇ ਜਮਾ ਲਿਆ। ਅੱਗੋਂ ਦੇ ਸੱਤਿਆ ਸਦਾ ਦੀ ਭਿੱਖਿਆ ਲਏ ਨਹੀਂ, ਪਿੱਛੋਂ ਦੇ ਪਛਤਾਏ ਕੇ ਪਤੇ ਤਵੇ ਪੁੱਤ ਵਿੱਚ ਆਣ ਬਹਾਲਿਆ। ਪੰਜ ਲੋਕ ਸਭ ਹੱਸਣ ਲੱਗੇ, ਇਹ ਤਪਾ ਦੁੱਧ ਲੈ ਹੈ ਕਾਲਿਆ ਮੈਂ ਸੰਖੇਪ ਵਿੱਚ ਕਰ ਰਿਹਾ। ਸਾਰੀ ਸੰਗਤ ਸਾਖੀ ਜਾਣਦੀ ਹੈ ਜਦੋਂ ਬੁਲਾਇਆ ਨਹੀਂ ਆਇਆ, ਬਿਠਾ ਦਿੱਤਾ, ਕੱਢ ਲੱਪਣ ਲੱਗੇ ਦੀ ਦੱਤ ਟੁੱਟ ਗਈ ਤੇ ਫਿਰ ਉਧਰੋਂ ਇਹ ਲੱਭਾ ਲੋਕ ਲਹਿ ਰਹਿ ਕਰ ਲਿਆ। ਜਿੱਥੇ ਥੋੜਾ ਧਨ ਰਹਿਦਾ ਇੱਥੇ ਲੱਭਾ ਭਿੱਟਾ ਨਹੀਂ, ਧਨ ਬਹੁਤ ਹੈ ਜਿੱਥੇ ਲੱਭਾ ਧਨ ਹਾਰਿਆ। ਤੇ ਲੋਕਾਂ ਕੀ ਆਖਿਆ, ਭਾਈ ਇਹ ਲੱਭਾ ਨਾ ਹੋਈ ਹੈ। ਮੈਂ ਸਾਰ ਜਣਾ ਵਿਚਾਰਿਆ ਸੱਤ ਪੁਰਖ ਕੀ ਲੱਭਾ ਨਿੰਦਾ ਕਰੇ, ਜਿਵੇਂ ਇਹ ਲੋਕ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਮ ਦੀ ਨਿੰਦਾ। ਸੱਤ ਪੁਰਖ ਕੀ ਲੱਭਾ ਨਿੰਦਾ ਕਰੇ, ਸੰਸਾਰਾ ਦੀ ਉਸਤੀ ਵਿੱਚ ਹੋਵੇ। ਹੁਣ ਇਹ ਕਹਿੰਦੇ ਨੇ ਵੀ ਅਸੀਂ ਲਾਭ ਕੁਛ ਦੀ ਰਾਤ ਨਹੀਂ ਬੰਦ ਹੈ, ਅਸੀਂ ਲਾਭ ਕੁਛ ਦੀ ਜੇ ਸੈਂਸ ਵਾਲੇ ਕਹਿਣਾ ਨੀ ਬੰਦਾ ਬਾਂਦਰ ਦੀ ਔਲਾਦ ਹੈ ਉਹਨੂੰ ਮੰਨ ਲੈਣਗੇ ਤੇ ਦਸਵੇਂ ਪਾਤਸ਼ਾਹ ਦੀ ਗੱਲ ਨੂੰ ਨਹੀਂ ਮੰਨਣਗੇ। ਅਸੀਂ ਲਾਭ ਕੁਛ ਦੀ ਔਲਾਦ ਬਣ ਕੇ ਹਿੰਦੂ ਨਹੀਂ ਬਣਨਾ ਚਾਹੁੰਦੇ। ਖਾਲਸਾ ਜੀ ਗੱਲ ਹੋਰ ਸੀ, ਗੱਲ ਇਹ ਸੀ ਕਿ ਜੋ ਛੱਤਰੀ ਕੁਣੇ ਰਾਤ ਪ੍ਰਾਪਤਨ ਵਿਸਥਾ ਸੀ ਗੁਰੂ ਸਾਹਿਬ ਨੇ ਉਹ ਦੱਸਿਆ ਆਪਣੇ ਇਤਿਹਾਸ ਕੀ ਥੋੜ੍ਹੀ ਵੰਸ ਤੇ ਮੇਰੀ ਵੰਸ ਕਿੱਥੋਂ ਹੋ ਜਾਏ, ਥੋੜ੍ਹੀ ਵੰਸ ਪੁੱਛਿਆ ਗਿਆ ਤਾਂ ਲਾਭ ਕੁਛ ਨੂੰ ਮੰਨਿਆ ਬੜਾ ਸਾਹਿਬ ਨੇ। ਮਹਾਰਾਜ ਕਹਿੰਦੇ ਕਿਸ਼ਨ ਕਿਸ਼ਨ ਕਬੂ ਮੈਂ ਧਿਆਨ ਕਾਮ ਸੁਣੇ ਵਿੱਚ ਮੇਰਾ ਉਹਨਾਂ ਨਾਲ ਕੋਈ ਵਾਸ ਨਹੀਂ। ਇਤਿਹਾਸ ਗੱਲ ਹੋਰ ਹੈ, ਇਸ਼ਟ ਉਪਾਸਨਾ ਗੱਲ ਹੋਰ ਹੈ। ਇਹ ਬਾਂਦਰ ਜੀ ਲਾਭ ਨੂੰ ਮੰਨਣਾ ਸ਼ੁਰੂ ਠੀਕ ਸਮਝਦੇ ਨੇ, ਤਬਾ ਨਾ ਹੋਵੇ ਅੰਦਰੋਂ ਲੋਭੀ ਇਹਨਾਂ ਦੀ ਗੱਲ ਹੈ। ਸਤਿਗੁਰੂ ਕੀ ਤਬਾ ਜਿੰਦਾ ਕਰੇ ਤੇ ਅੰਗਰੇਜ਼ਾਂ ਦੀ ਫਿਲਾਸਫਰਾਂ ਦੀ ਤੇ ਸਾਇੰਸਦਾਨਾਂ ਦੀ ਕੁਸਤੀ ਕਰੇ ਤੇ ਫਿਰ ਦੇਸ਼ ਸੁਰੱਖਿਆ ਤਬਾ ਕਈ ਮਾਰਿਆ। ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਇਹ ਹੁਕਮ ਦਿੱਤਾ, ਇਸ ਤਪੇ ਨੂੰ ਕਿੱਥੋਂ ਕਿੱਥੇ ਖੜ ਪਾਇਓ, ਜਿੱਥੇ ਮਹਾਂ ਤਿਆਰ ਆ ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ। ਕਹਿੰਦੇ ਇਹਦੇ ਮੂੰਹ ਨਹੀਂ ਲੱਗਣਾ, ਇਹ ਸਤਿਗੁਰੂ ਹੈ ਫਿਟਕਾਰਿਆ, ਇਹਨੂੰ ਗੁਰੂ ਅਮਰਦਾਸ ਸਾਹਿਬ ਦੀ ਫਿਟ ਵੱਜੀ ਹੈ, ਇਹਨੂੰ ਨਹੀਂ ਮੱਥੇ ਲਾਉਣਾ, ਇਹ ਸਤਿਗੁਰੂ ਹੈ ਫਿਟਕਾਰਿਆ। ਤੇ ਫਿਰ ਉਸ ਤੋਂ ਅੱਗੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਪੰਜਾਬੀ ਦਾ ਉਹਨਾਂ ਨੂੰ ਪਤਾ ਸੀ 400 ਸਾਲ ਬਾਅਦ ਮਿਸ਼ਨਰੀ ਜੰਮ ਪੈਣੇ ਨੇ, ਉਹਨਾਂ ਨੇ ਆਖਣਾ ਜਗਦੂਤ ਦੇ ਹੋਣੇ ਕੋਈ ਨੀ, ਧਰਮਰਾਜ ਦੇ ਹੋਣੇ ਕੋਈ ਨੀ। ਇੱਥੇ ਤੇ ਗੁਰੂ ਸਾਹਿਬ ਕਹਿੰਦੇ ਮੈਂ ਕੋਲੋਂ ਥੋੜਾ ਕਹਿ ਰਿਹਾ, ਮੈਂ ਤੇ ਹਰ ਕੈ ਨਾਲ ਵਰਤਿਆ ਸੋ ਨਾਲ ਲਿਆ ਸੁਣਾਇਆ। ਮੈਂ ਬਲੌਟੀ ਗੱਲ ਨਹੀਂ ਕਹੀ, ਇਹ ਸਹੀ ਗੱਲ ਹੋਈ ਹੈ ਨਾ, ਮੈਂ ਉਹ ਸੁਣਾਈ ਹੈ ਸੱਚੀ ਮੁੱਚੀ, ਏਦਾਂ ਹੀ ਹੋਇਆ। ਧਰਮਰਾਜ ਜਮ ਕੰਕਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।